ਬਾਈ ਜੀ ਵੋਟ ਕਿਹਨੂੰ ਪਾਈ ਐਤਕੀ? ਨਿਰਮਲ ਸਿੰਘ ਆਜ਼ਾਦ ਹੋਇਆ ਨੂੰ 70 ਸਾਲ ਹੋ ਗਏ ਲੋਕਤੰਤਰ ਨੂੰ, ਹਜੇ ਵੀ ਆਪਾਂ ਨੂੰ ਕਿਸੇ ਤੇ ਪੁੱਛਣਾ ਪੈਂਦਾ ਵੋਟ ਕਿਹਨੂੰ ਪਾਈਏ। ਤਾਂ ਬਾਈ ਸਿੰਘ 70 ਸਾਲ ਹੋ ਗਏ ਆਜ਼ਾਦ ਹੋਇਆ ਨੂੰ, ਜਿਨ੍ਹਾਂ ਨੇ ਹੁਣ ਤੱਕ ਰਾਜ ਕਰਿਆ ਉਹਨਾਂ ਨੇ ਤਾਂ ਕੋਈ ਸੁਹਾੜਾ ਹੀ ਨਹੀਂ। ਸੋ ਐਤਕੀ ਭਾਈ ਕਿਸੇ ਨਵੇਂ ਜੀ ਨੂੰ ਮੌਕਾ ਦੇ ਕੇ ਦੇਖ ਲੋ, ਸ਼ਾਇਦ ਕੁਛ ਕਰੇ ਜਾਵੇ ਫਾਇਦਾ। ਨਵਾਂ ਦੇਖ ਲੋ ਕੋਈ ਇਮਾਨਦਾਰ ਜੇ ਬੰਦੇ ਹੁਣ ਇੰਨਾ ਕਦਾ ਸੋਚਣਾ ਆਪਾਂ ਨੂੰ ਚਾਹੀਦਾ। ਜਿਹੜੀਆਂ ਦੋ ਤਿੰਨ ਪਾਰਟੀਆਂ ਦੀ ਸਰਕਾਰ ਬਣਦੀ ਹੈ ਉਹਨਾਂ ਵਿੱਚੋਂ ਚੰਗੇ ਬੰਦੇ ਲੱਭ ਲੋ, ਚੰਗੀ ਪਾਰਟੀ ਕਿਹੜੀ ਲੱਗਦੀ ਉਹਨੂੰ ਪਾ ਲੋ। ਬੱਬੂ ਮਾਨ ਜੋ ਚਰਚਾ ਦੇ ਵਿੱਚ ਰਹਿੰਦੇ ਨੇ ਸੋਸ਼ਲ ਮੀਡੀਆ ਤੇ, ਕਦੇ ਆਪਣੇ ਵੱਲੋਂ ਦਿੱਤੀਆਂ ਸਟੇਟਮੈਂਟਸ ਨੂੰ ਲੈ ਕੇ ਤੇ ਕਦੇ ਲਾਈਵ ਸ਼ੋਜ਼ ਨੂੰ ਲੈ ਕੇ। ਬੱਬੂ ਮਾਨ ਦੇ ਕੱਟੜ ਫੈਨਸ ਵੀ ਬੱਬੂ ਮਾਨ ਨੂੰ ਬੇਹੱਦ ਪਿਆਰ ਕਰਦੇ ਨੇ ਤੇ ਬੱਬੂ ਮਾਨ ਵੱਲੋਂ ਕਈਆਂ ਗੱਲਾਂ ਨੂੰ ਮੰਨਦੇ ਵੀ ਜ਼ਰੂਰ ਨੇ। ਐਸੀ ਹੀ ਇੱਕ ਕਾਲ ਰਿਕਾਰਡਿੰਗ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਬੱਬੂ ਮਾਨ ਦੀ, ਜਿੱਥੇ ਬੱਬੂ ਮਾਨ ਕਿਸੇ ਨਾਲ ਗੱਲ ਕਰ ਰਹੇ ਨੇ ਤੇ ਬੱਬੂ ਮਾਨ ਜ਼ਿਕਰ ਕਰ ਰਹੇ ਨੇ ਕਿ ਇਸ ਵਾਰ ਵੋਟ ਕਿਸ ਨੂੰ ਪਾਈ ਜਾਵੇ। ਤੁਹਾਨੂੰ ਦੱਸ ਦਈਏ ਕਿ ਇਸ ਕਾਲ ਰਿਕਾਰਡਿੰਗ ਦੇ ਵਿੱਚ ਸਾਫ਼ ਸਾਫ਼ ਸੁਣਿਆ ਜਾ ਸਕਦਾ ਹੈ ਕਿ ਬੱਬੂ ਮਾਨ ਤੋਂ ਪੁੱਛਿਆ ਜਾ ਰਿਹਾ ਹੈ ਕਿ ਇਸ ਵਾਰ ਵੋਟ ਕਿਹਨੂੰ ਪਾਈ ਜਾਵੇ, ਜਿਸ ਦੇ ਜਵਾਬ ਵਿੱਚ ਬੱਬੂ ਮਾਨ ਕਹਿ ਰਹੇ ਨੇ ਕਿ ਇਸ ਵਾਰ ਕੁਛ ਨਵਾਂ ਕਰੋ ਤੇ ਇਸ ਵਾਰ ਨਵੇਂ ਬੰਦਿਆਂ ਨੂੰ ਮੌਕਾ ਦਿੱਤਾ ਜਾਵੇ। ਹੈਲੋ, ਹੈਲੋ, ਹਾਂਜੀ ਬਾਈ, ਨਿੰਮਾ ਬੋਲਦਾ ਜੀ। ਹਾਂਜੀ ਹਾਂਜੀ, ਨਿੰਮਾ ਸਿੰਘ ਕੀ ਹਾਲ ਚਾਲ ਹੈ? ਵਧੀਆ ਵਧੀਆ ਬਾਈ ਜੀ। ਬਾਈ ਜੀ ਵੋਟ ਕਿਹਨੂੰ ਪਾਈ ਐਤਕੀ? ਨਿਰਮਲ ਸਿੰਘ ਆਜ਼ਾਦ ਹੋਇਆ ਨੂੰ 70 ਸਾਲ ਹੋ ਗਏ ਲੋਕਤੰਤਰ ਨੂੰ, ਹਜੇ ਵੀ ਆਪਾਂ ਨੂੰ ਕਿਸੇ ਤੇ ਪੁੱਛਣਾ ਪੈਂਦਾ ਵੋਟ ਕਿਹਨੂੰ ਪਾਈਏ। ਨਹੀਂ ਨਹੀਂ, ਫੇਰ ਵੀ ਬਾਈ ਦੱਸੋ, ਤੁਹਾਨੂੰ ਪਤਾ ਹੁੰਦਾ ਤੁਸੀਂ ਜਿਆਦਾ ਸਿਆਣੇ ਆ। ਚੱਲ ਜੇ ਮੇਰਾ ਮਾਣ ਰੱਖਦਾ ਤਾਂ ਬਾਈ ਸਿੰਘ 70 ਸਾਲ ਹੋ ਗਏ ਆਜ਼ਾਦ ਹੋਇਆ ਨੂੰ, ਜਿਨ੍ਹਾਂ ਨੇ ਹੁਣ ਤੱਕ ਰਾਜ ਕਰਿਆ ਉਹਨਾਂ ਨੇ ਤਾਂ ਕੋਈ ਸੁਹਾੜਾ ਹੀ ਨਹੀਂ। ਸੋ ਐਤਕੀ ਭਾਈ ਕਿਸੇ ਨਵੇਂ ਜੀ ਨੂੰ ਮੌਕਾ ਦੇ ਕੇ ਦੇਖ ਲੋ, ਸ਼ਾਇਦ ਕੁਛ ਕਰੇ ਜਾਵੇ ਫਾਇਦਾ। ਕਿਹਨੂੰ ਪਾਈਏ ਜੀ ਫੇਰ ਵੀ? ਨਵਾਂ ਕਿਹੜਾ? ਨਵਾਂ ਦੇਖ ਲੋ ਕੋਈ ਇਮਾਨਦਾਰ ਜੇ ਬੰਦੇ ਹੁਣ ਇੰਨਾ ਕਦਾ ਸੋਚਣਾ ਆਪਾਂ ਨੂੰ ਚਾਹੀਦਾ। ਜਿਹੜੀਆਂ ਦੋ ਤਿੰਨ ਪਾਰਟੀਆਂ ਦੀ ਸਰਕਾਰ ਬਣਦੀ ਹੈ ਉਹਨਾਂ ਵਿੱਚੋਂ ਚੰਗੇ ਬੰਦੇ ਲੱਭ ਲੋ, ਚੰਗੀ ਪਾਰਟੀ ਕਿਹੜੀ ਲੱਗਦੀ ਉਹਨੂੰ ਪਾ ਲੋ। ਸੋ ਨਵੇਂ ਜਾਣ ਨੂੰ ਜੇ ਮੌਕਾ ਦਊਂਗੇ, ਜੇ ਬਹੁਤਾ ਚੰਗਾ ਨਹੀਂ ਕਰਨਗੇ ਤਾਂ ਇਹਨਾਂ ਜਿੰਨਾ ਮਾੜਾ ਵੀ ਨਹੀਂ ਕਰਨਗੇ। ਠੀਕ ਹੈ ਠੀਕ ਹੈ ਬਾਈ, ਆ ਗਈ ਸਮਝ? ਚੱਲ ਜੇ ਸਮਝ ਆ ਗਈ ਫਿਰ ਦੱਬ ਨਹੀਂ ਬਰ। ਤੁਹਾਨੂੰ ਦੱਸ ਦਈਏ ਕਿ ਇਹ ਕਾਲ ਰਿਕਾਰਡਿੰਗ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਯੂਟਿਊਬ ਤੇ, ਫੇਸਬੁੱਕ ਤੇ ਕਾਲ ਰਿਕਾਰਡਿੰਗ ਬਹੁਤ ਸੁਣੀ ਜਾ ਰਹੀ ਹੈ, ਪਰ ਇਸ ਦੀ ਪੁਸ਼ਟੀ ਹਲੇ ਤੱਕ ਨਹੀਂ ਹੋ ਪਾ ਰਹੀ ਹੈ ਕਿ ਅਸਲ ਵਿੱਚ ਕੀ ਇਹ ਬੱਬੂ ਮਾਨ ਦੀ ਕਾਲ ਰਿਕਾਰਡਿੰਗ ਹੈ ਜਾਂ ਫਿਰ ਇਹ ਇੱਕ ਫੇਕ ਰਿਕਾਰਡਿੰਗ ਕੀਤੀ ਗਈ ਹੈ। ਕਿਹਾ ਜਾ ਰਿਹਾ ਹੈ ਕਿ ਇਹ ਇੱਕ ਪਬਲਿਸਿਟੀ ਸਟੰਟ ਵੀ ਹੋ ਸਕਦਾ ਹੈ, ਇਹ ਇੱਕ ਫੇਕ ਰਿਕਾਰਡਿੰਗ ਵੀ ਹੋ ਸਕਦੀ ਹੈ ਜਿਸ ਨਾਲ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਬੱਬੂ ਮਾਨ ਦਾ ਨਾਮ ਯੂਜ਼ ਕਰਕੇ। ਇਸ ਦੀ ਪੁਸ਼ਟੀ ਹਲੇ ਤੱਕ ਨਹੀਂ ਹੋ ਪਾਈ ਹੈ ਕਿ ਇਹ ਰਿਕਾਰਡਿੰਗ ਅਸਲ ਵਿੱਚ ਕਿਸ ਦੀ ਹੈ, ਪਰ ਬੱਬੂ ਮਾਨ ਦਾ ਨਾਮ ਲੈ ਕੇ ਇਹ ਰਿਕਾਰਡਿੰਗ ਵਾਇਰਲ ਹੋ ਰਹੀ ਹੈ ਕਿ ਬੱਬੂ ਮਾਨ ਇਸ ਵਿੱਚ ਕਹਿ ਰਹੇ ਨੇ ਕਿ ਇਸ ਵਾਰ ਵੋਟ ਕਿਸ ਨੂੰ ਪਾਈ ਜਾਵੇ। ਹੈਲੋ, ਹੈਲੋ, ਹਾਂਜੀ ਬਾਈ, ਨਿੰਮਾ ਬੋਲਦਾ ਜੀ। ਹਾਂਜੀ ਹਾਂਜੀ, ਨਿੰਮਾ ਸਿੰਘ ਕੀ ਹਾਲ ਚਾਲ ਹੈ? ਵਧੀਆ ਵਧੀਆ ਬਾਈ ਜੀ। ਬਾਈ ਜੀ ਵੋਟ ਕਿਹਨੂੰ ਪਾਈ ਐਤਕੀ? ਨਿਰਮਲ ਸਿੰਘ ਆਜ਼ਾਦ ਹੋਇਆ ਨੂੰ 70 ਸਾਲ ਹੋ ਗਏ ਲੋਕਤੰਤਰ ਨੂੰ, ਹਜੇ ਵੀ ਆਪਾਂ ਨੂੰ ਕਿਸੇ ਤੇ ਪੁੱਛਣਾ ਪੈਂਦਾ ਵੋਟ ਕਿਹਨੂੰ ਪਾਈਏ। ਨਹੀਂ ਨਹੀਂ, ਫੇਰ ਵੀ ਬਾਈ ਦੱਸੋ, ਤੁਹਾਨੂੰ ਪਤਾ ਹੁੰਦਾ ਤੁਸੀਂ ਜਿਆਦਾ ਸਿਆਣੇ ਆ। ਚੱਲ ਜੇ ਮੇਰਾ ਮਾਣ ਰੱਖਦਾ ਤਾਂ ਬਾਈ ਸਿੰਘ 70 ਸਾਲ ਹੋ ਗਏ ਆਜ਼ਾਦ ਹੋਇਆ ਨੂੰ, ਜਿਨ੍ਹਾਂ ਨੇ ਹੁਣ ਤੱਕ ਰਾਜ ਕਰਿਆ ਉਹਨਾਂ ਨੇ ਤਾਂ ਕੋਈ ਸੁਹਾੜਾ ਹੀ ਨਹੀਂ। ਸੋ ਐਤਕੀ ਭਾਈ ਕਿਸੇ ਨਵੇਂ ਜੀ ਨੂੰ ਮੌਕਾ ਦੇ ਕੇ ਦੇਖ ਲੋ, ਸ਼ਾਇਦ ਕੁਛ ਕਰੇ ਜਾਵੇ ਫਾਇਦਾ। ਕਿਹਨੂੰ ਪਾਈਏ ਜੀ ਫੇਰ ਵੀ? ਨਵਾਂ ਕਿਹੜਾ? ਨਵਾਂ ਦੇਖ ਲੋ ਕੋਈ ਇਮਾਨਦਾਰ ਜੇ ਬੰਦੇ ਹੁਣ ਇੰਨਾ ਕਦਾ ਸੋਚਣਾ ਆਪਾਂ ਨੂੰ ਚਾਹੀਦਾ। ਜਿਹੜੀਆਂ ਦੋ ਤਿੰਨ ਪਾਰਟੀਆਂ ਦੀ ਸਰਕਾਰ ਬਣਦੀ ਹੈ ਉਹਨਾਂ ਵਿੱਚੋਂ ਚੰਗੇ ਬੰਦੇ ਲੱਭ ਲੋ, ਚੰਗੀ ਪਾਰਟੀ ਕਿਹੜੀ ਲੱਗਦੀ ਉਹਨੂੰ ਪਾ ਲੋ। ਸੋ ਨਵੇਂ ਜਾਣ ਨੂੰ ਜੇ ਮੌਕਾ ਦਊਂਗੇ, ਜੇ ਬਹੁਤਾ ਚੰਗਾ ਨਹੀਂ ਕਰਨਗੇ ਤਾਂ ਇਹਨਾਂ ਜਿੰਨਾ ਮਾੜਾ ਵੀ ਨਹੀਂ ਕਰਨਗੇ। ਠੀਕ ਹੈ ਠੀਕ ਹੈ ਬਾਈ, ਆ ਗਈ ਸਮਝ? ਚੱਲ ਜੇ ਸਮਝ ਆ ਗਈ ਫਿਰ ਦੱਬ ਨਹੀਂ ਬਣ।
ਜਨਤਾ ਦੇ ਸਵਾਲਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਦੀ ਕਰਾਂਗੇ ਕੋਸ਼ਿਸ਼। ਪੰਜਾਬ ਦੇ ਹਰ ਕਸਬੇ ਦੀ ਕਰਾਂਗੇ ਤੁਹਾਡੇ ਨਾਲ ਗੱਲਬਾਤ। ਪੰਜਾਬ ਦੀ ਸਿਆਸਤ ਨਾਲ ਜੁੜੀ ਕਰਾਂਗੇ ਹਰ ਇੱਕ ਗੱਲਬਾਤ। ਪੰਜਾਬ ਪੰਜਾਬੀਅਤ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਜਿਉਂਦਾ ਰੱਖਣ ਲਈ ਕਰਾਂਗੇ ਤੁਹਾਡੇ ਨਾਲ ਪੰਜਾਬ। ਅਸਲ ਆਜ਼ਾਦੀ ਦਿਮਾਗ ਵਿੱਚ ਹੈ। ਇਹ ਉਹ ਜਗ੍ਹਾ ਹੈ ਜਿਸ ਤੋਂ ਸਰਕਾਰ ਸਭ ਤੋਂ ਵੱਧ ਡਰਦੀ ਹੈ, ਤੁਹਾਡੇ ਸੋਚਣ ਤੋਂ। अपनी सोच सोचन की काबिलियत अपने खुद के फैसले लेने अपना आप बनन तो सरकार हर विश्व के नागरिक तो बिल्कुल एहो ही नहीं चाहुंदियां। इस तरह दोस्तों समय समय के उत्ते असी प्रोग्राम सत्ता की भुख हनेरे विच चलते सच्चे लोकतंत्र की आवाज़ नूं करांगे बुलंद। देखते रहो साडा पंजाबी विरसा नेटवर्क। धन्यवाद दोस्तों।